ਖੁੰਦਿਆ ਸਰੀਰ ਮੁੰਡੇ ਦਾ ਲਾਈਆਂ ਨੇ ਕਹਿੰਦੇ ਰੇਰ ਪਾ ਰਹੇ ਖੁੰਦਿਆ ਸਰੀਰ ਦੇਖ ਕੇ ਸਰੀਰ ਭੁੱਖ ਲੈਂਦੀ ਪੂਰੀ ਇਧਰ ਲਾਈਆਂ ਨੇ ਚੱਸਦਾ ਪਰ ਨੰਬਰ ਰਾਣਾ ਮਿੱਤਰੋ ਆਪਣੀ ਟੀਮ ਨੂੰ ਵਾਸਤੇ ਜੋ ਹੈ ਆ ਵੀ ਗਰੂ ਹੈ ਏਡਾ ਲੰਬਾ ਚੰਦ ਬਣੀ ਚਾਨ ਭਰੀ ਬਣੀ ਚਾਨ ਹੁਣ ਚੋਗਿਆ ਖੇਡ ਬਣਾ ਲਈ ਜਾ ਪਰ ਨੰਬਰ ਇਸੇ ਲੇਖਾਂ ਦੇ ਜਾਫੀ ਦਾ ਮਿਹਨਤ ਕਰਕੇ ਨਸਲ ਬਣਾਏ ਜੇ ਪੱਥਰ ਦੀ ਲੀਕਾ ਐਨ ਕਹਿੰਦੇ ਨਸਲ ਬਣਦੇ ਹੈ ਕਰਕੇ ਯਾਦ ਕਰਾਵੇ ਰੇਡਰ ਚੰਦੇ ਮੱਥਾ ਟੇਕ ਜਿਸ ਜਾਫੀ ਪਗੜ ਬਣਾਈ ਲਾਵੇ ਰੇਡਰ ਦੀ ਬ੍ਰੇਕ ਜਿੱਥੇ ਪਗੜਾ ਪਾਉਣੀਆਂ ਧਰਤੀ ਚੰਨ ਕੇ ਸੇਕ ਚੋਟੀਆਂ ਉਹ ਹੈਰੀਆਂ ਆ ਜਿਸ ਰਿਹਾ ਆ ਕਰ ਰਿਹਾ ਆ ਹੈਰੀ ਹੈਰੀ ਪਰ ਨੰਬਰ ਰਾਣਾ ਛੋੜ ਗਿਆ ਮੇਰੇ ਮਿੱਤਰੋ ਅਗਲੀ ਕਬੱਡੀ ਇੰਦਰਜੀਤ ਨੇ ਕਬੱਡੀ ਪਾਉਣ ਲਈ ਵਾਅਦਾ ਕੀਤਾ ਬਹੁਤ ਹੀ ਸੋਹਣਾ ਮੁਕਾਬਲਾ ਜਿਹੜਾ ਇਹ ਪਹਿਲਾ ਸੈਮੀਫਾਈਨਲ ਮੈਚ ਸ਼ੁਰੂ ਕੀਤਾ ਗਿਆ ਦੋਨੋਂ ਟੀਮਾਂ ਦੇ ਦਰਮਿਆਨ ਤੇ ਮੁੱਢ ਬੰਨਿਆ ਦਾਦੇ ਪੜਦਾਦਿਆਂ ਨੇ ਪਲੋਠੇ ਪੁੱਤ ਬੜੇ ਮਹਾਨ ਹੋਏ ਕਿਰਪਾਲ ਸਾਹਿਬ ਤੇ ਬਿੱਲੂ ਯੁੱਧ ਜੋਧੇ ਰਾਣਾ ਬੰਝ ਤੇ ਸਿੱਧੂ ਸੁਲਤਾਨ ਹੋਏ ਕਾਲਾ ਘੋੜੀ ਅਤੇ ਜੱਸਾ ਮੰਡੀਆਂ ਜਦੋਂ ਜੰਮੇ ਉਦੋਂ ਮਾਪਿਆਂ ਦੇ ਪੂਰੇ ਅਰਮਾਨ ਹੋਏ ਹਰਜੀਤ ਬਰਾੜ ਸੀ ਲੋਕੋ ਇੰਜ ਉੱਠਿਆ ਜਿਵੇਂ ਉੱਠਿਆ ਕੋਈ ਤੂਫਾਨ ਹੋਵੇ ਕਬੱਡੀ ਖੇਡ ਹੈ ਧਰਤ ਪੰਜਾਬ ਦੀ ਜਾਏ ਜਿਹਨੂੰ ਖੇਡ ਕੇ ਸ਼ੇਰ ਜਵਾਨ ਹੋਏ ਜਿਹਨੂੰ ਖੇਡ ਕੇ ਸ਼ੇਰ ਮਹਾਨ ਹੋਏ ਇਹ ਪੰਜਾਬ ਦੀ ਧਰਤੀ ਆ ਬੱਬਰ ਸ਼ੇਰਾਂ ਦੀ ਧਰਤੀ ਆ ਲਓ ਪਹਿਲਾ ਸੈਮੀਫਾਈਨਲ ਮੈਚ ਬੜਾ ਜ਼ਬਰਦਸਤ ਮੁਕਾਬਲਾ ਜਿਹੜਾ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਇੱਕ ਪਾਸੇ ਬੁਰਜ ਲੇਟਾਂ ਦੀ ਟੀਮ ਮੰਨੀ ਪ੍ਰਮੰਨੀ ਟੀਮ ਹੈ ਤੇ ਇੱਕ ਪਾਸੇ ਟੀਮ ਕੈਂਡ ਪਿੰਡ ਇਸ ਇਲਾਕੇ ਦਾ ਗੁਆਂਢੀ ਪਿੰਡ ਕੈਂਡ ਲਓ ਰਾਣਾ ਸ਼ੰਕਰੀਆ ਢੋਟਿਆਂ ਵਾਲੇ ਪਿੱਲੇ ਦਾ ਯਾਰ ਘਰ ਦਿਸ ਵਾਲੇ ਕਹਿੰਦੇ ਘਰ ਦਾ ਟੀਮੀ ਦਾ ਯਾਰ ਕਬੱਡੀ ਪਾਇਆ ਹੋਇਆ ਹੁਣ ਚਾਰ ਦਿੱਤੇ ਪਾਉਂਦਾ ਹੈ ਤਾਰਾ ਹਰੀ ਖਿੱਚੋ ਪਿਆਰੀ ਹੁਣ ਦੇਖਾਂਗੇ ਭੁਰਜ ਲੇਟਾਂ ਵਾਲਾ ਹੈਰੀ ਉਹ ਕਰਦਾ ਹੋਇਆ ਕਮਾਲ ਰਾਣਿਆ ਭਾਸ਼ਣ ਵੀ ਕਰ ਰਹੇ ਹੈਗੀਆਂ ਨੇ ਇਸੇ ਲਈ ਕਹਿੰਦੇ ਰਾਣਾ ਮਿਲ ਗਈ ਨੰਬਰ ਆਪਣੀ ਟੀਮ ਨੂੰ ਜੋੜ ਰਹਾ ਅਗਲੀ ਕਬੱਡੀ ਪਾਉਂਦੇ ਨਹੀਂ ਰਵੀ ਕਬੱਡੀ ਪਾਉਣ ਲਈ
ਐਨ ਗੱਲਾਂ ਟਿਕਾਣੇ ਨੇ। ਇੱਕ ਟੋਸਿਆਂ ਵਾਲਾ ਕੁਝ ਆ ਗਿਆ, ਇੱਕ ਬੁਰਜ ਲੇਟਾਂ ਵਾਲਾ ਵੀ ਆ ਗਿਆ, ਪਰ ਉਧਰਾਂ ਪੰਜਾਬ ਪੁਲਿਸ ਫ੍ਰੀ ਟ੍ਰੇਨ ਅਕੈਡਮੀ ਆਵੇ ਵਧਾਈ ਦੇ ਪਾਤਰ ਨੇ। ਕਹਿੰਦੇ ਨੋਟਾਂ ਦੇ ਨੱਕੇ ਤੋੜ ਦਿੱਤੇ ਜਾਣਗੇ, ਨਾ ਨੀ ਬੋਲਣਾ। ਉਹ ਕਹਿੰਦੇ ਸ਼ਾਂਤਰ ਵਾਲੇ ਰਾਣੇ ਨੂੰ 200 ਰੁਪਏ ਦੇ ਮਾਰ ਕਰ ਦਿਓ ਵੀ ਨਾਮ ਨੀ ਬੋਲਣਾ। ਇਨਸਾਨ ਏਦਾਂ ਦੇ ਵੀ ਨੇ ਪੰਜਾਬ ਵਿੱਚ, ਰੁਪਈਏ 10 ਨੌ 15 ਵਾਰੀ ਬੋਲੋ, ਪਰ ਇਹ ਕਹਿੰਦੇ ਵੀ 200 ਤੇ 500 ਕਰ ਦਾਂਗੇ, ਨਾ ਨੀ ਬੋਲਣਾ। ਕੰਮ ਕਹਿੰਦੇ ਕੋਟੀ ਰੱਖੇ ਆ ਨਰੀਆਂ ਨੇ ਇਸੇ ਲਈ। ਰਵੀ ਮੇਰੇ ਮਿੱਤਰੋ ਅਜਾ ਹੋਇਆ ਉਹ ਹਰੀਆਂ ਹੱਥ ਇਹ ਗੱਲ ਹੈ, ਪਰ ਦੂਜੇ ਪਾਸੇ ਵੇਖਦੇ ਕੋਸ਼ਿਸ਼ ਕਰਦਾ ਕਮਰੇ ਪਰ ਨੰਬਰ ਹੀਟਰ ਮੇਰੇ ਮਿੱਤਰੋ ਆਪਣੀ ਟੀਮ ਲਈ ਜੋੜ ਰਹਾ ਹੈ, ਬਹੁਤ ਵੱਡਾ ਨਾਮ ਹੈ। ਆਹ ਕਹਿੰਦੇ ਅਕੈਡਮੀ ਦੇ ਕੋਚ ਸਾਹਿਬ ਦਾ ਧੰਨਵਾਦ ਹੈ, ਔਰ ਜਿਹੜੇ ਕਰਤਾ ਧਰਤਾ ਉਹਨਾਂ ਦਾ ਵੀ ਧੰਨਵਾਦ ਹੈ। ਇੱਕ ਵਧੀਆ ਗੱਲ ਹੈ ਮੇਰੇ ਵੀਰੋ, ਇੱਕ ਵੱਡਾ ਸਤਿਕਾਰ ਹੈ, ਪਰ ਵੇਖਦਾ ਵੀ ਨਜ਼ਰ ਹੈ ਅੰਦਰ ਜੀਤ ਆ ਚੁੱਕਿਆ, ਹੁਣ ਵੇਖਦਾ ਚਾਰਾਂ ਵਿੱਚੋਂ ਜੱਫਾ ਜੱਫਾ ਚੋਕਾ ਹਾਈਵੇ ਮੂਹਰੇ ਮੂਹਰੇ ਹਰ ਕੇ ਹੌਸਲਾ ਕਰਕੇ ਭੂਤਲਿਆ ਸਾਰ ਸਿੰਘਾਂ ਤੇ ਫੜ ਕੇ ਕਿਸੇ ਕਿਸੇ ਨੂੰ ਮਰ ਹੁੰਦਾ ਫਿੱਟੀ ਲਾ ਕੇ ਤੇ ਜਿਮਰਾ ਰਾਜੇ ਖੇਲੇ ਅਰਬ ਪੰਜਾਬੀ ਜਿਗਰਾ ਰੱਖਦੇ ਕਬੱਡੀ ਖੇਡਣ ਦਾ। ਉਹ ਰਾਜੇ ਖੇਲੇ ਅਰਬ ਪੰਜਾਬੀ ਜਿਗਰਾ ਰੱਖਦੇ ਕਬੱਡੀ ਖੇਡਣ ਦਾ। ਉਹ ਵੱਡੇ ਜਿਗਰੇ ਵਾਲੇ ਕਬੱਡੀ ਖੇਡਦੇ ਨੇ, ਰਾਣਾ ਸ਼ੰਕਰ ਦੀ ਧਰਤੀ ਦਾ ਕਬੱਡੀ ਪਾਲਾ ਹੋਇਆ ਹੈ। ਕਈ ਸੋਚਦੇ ਹੋਣਗੇ ਵੀ ਐਡਾ ਸ਼ੰਕਰ ਸ਼ੰਕਰ ਹੋਈ ਪਈ ਆ, ਉਹ ਕੈਰ ਕੈਰ ਹੋਈ ਪਈ ਆ, ਪਰ ਦੂਜੇ ਪਾਸੇ ਪੁਰਜਲੇ ਕਾਲੇ ਕਹਿੰਦੇ ਐਡੀ ਕਿਹੜੀ ਗੱਲ ਆ, ਹਰ ਮਸਲੇ ਦਾ ਹੱਲ ਹੈ ਪਰ ਭਾਵੇਂ ਗਬਰੂ ਹੈ ਭਾਵੇਂ ਮੌਜਾਂ ਹੈ। ਐਨ ਕਹਿੰਦੇ ਲਾਗੇ ਤੇਰਾ ਜੱਫਾ ਬੱਲੇ ਬੱਲੇ ਕਬੱਡੀ ਮੇਰੇ ਵੀਰੋ ਅਗਲੀ ਕਬੱਡੀ ਆ ਜੱਫੀ ਲਈ ਵੀ 200 ਮਾਂ ਹਰਵਿੰਦਰ ਵੀ ਆ ਗਿਆ ਹਲਵਜੀਤ ਸਾਹਿਬ ਦੀ ਧਰਤੀ ਦਾ। ਹੁਣ ਵੇਖਾਂਗੇ ਲਓ ਰਵੀ ਕਬੱਡੀ ਪਾਵਾ ਗਿਆ ਟੋਸਿਆਂ ਵਾਲਾ ਹੈ ਤਾਖਾਂ ਬੁੜਦੇ ਸੁਹੇ ਨੇ ਪੁੱਤਰਾਂ ਵਾਂਗ ਪਾਲਿਆ ਮੁੰਡੇ ਨੂੰ, ਮੁੰਡੇ ਨੂੰ ਕਹਿੰਦੇ ਪੁੱਤਾਂ ਵਾਂਗ ਪਾਲਿਆ, ਪਰ ਨੰਬਰ ਇਸੇ ਲਈ ਕਹਿੰਦੇ ਰਵੀ ਜਿਹੜੀ ਜੇ ਕੋਚਾਂ ਦਾ ਸਤਿਕਾਰ ਕਰਦੇ ਆ ਉਹ ਕੁਝ ਪੜ ਜਾਂਦੇ ਆ ਦੁਨੀਆਂ ਵਿੱਚ ਨਾਂ ਬਣਾ ਜਾਂਦੇ ਆ। ਮੇਰੀ ਵੀਰੋ ਇੰਦਰਜੀਤ ਇਸੇ ਲਈ ਅਗਲੀ ਕਬੱਡੀ ਪਾਉਣ ਲਈ ਕਹਿੰਦਾ ਹੋਇਆ, ਕੋਰਾ ਕਹਿੰਦਾ ਵੀ ਮਾਇਆ ਦੇ ਲਈਏ ਪਰ ਨਾਂ ਨੀ ਬੋਲਣਾ, ਗੁਪਤੀ ਰੱਖਣਾ, ਮਾਇਆ ਤੇ ਬਹੁਤ ਹੈ ਦੇਣੀ ਵੀ ਹੈ, ਦਿਲ ਕਿਸੇ ਕਿਸੇ ਦਾ ਹੁੰਦਾ ਹੈ। ਉਧਰ ਕੋਰਾ ਇੰਦਰਜੀਤ ਮੁਕਾਬਲਾ ਬੱਲੇ ਬੱਲੇ ਮੁੰਡੇ ਪਾਲਣੇ ਸਿਆਰੇ ਕਿ ਜਿੱਥੇ ਜਾਵੇ ਲੋਕੀ ਜਾਵੇ ਟੱਕ ਰਿਹਾ ਹੱਥਾਂ ਦੇ ਕਿ ਪ੍ਰੀਤਮ ਪ੍ਰੀਤਮ ਹੁੰਦੀ ਅੱਜ ਟੋਪ ਰਿਹਾ ਕੱਪਾਂ ਦੇ ਕਿ ਪ੍ਰੀਤਮ ਪ੍ਰੀਤਮ ਹੁੰਦੀ ਅੱਜ ਟੋਪ ਰਿਹਾ ਕੱਪਾਂ ਦੇ ਟੋਪ ਰਿਹਾ ਕੱਪਾਂ ਦੇ ਪ੍ਰੀਤਮ ਪ੍ਰੀਤਮ ਹੁੰਦੀ ਅੱਜ ਟੋਪ ਰਿਹਾ ਕੱਪਾਂ ਦੇ ਪਰ ਆਹ ਵੇਖ ਲੈ ਵੀ ਮੁੰਡੇ ਨੇ ਕਮਾਲ ਕਰ ਦਿੰਦੀ ਹੈ ਟਾਟੂ ਮੇਰੇ ਵੀਰੋ ਖੇਡ ਮੈਦਾਨ ਵਿੱਚ ਕਿ ਕੁਠਾਲੇ ਪਿੰਡ ਦਾ ਨੋਮੀ ਤੁਹਾਨੂੰ ਬੋਲ ਪਿਆਰੇ ਲਈ
ਪੂਰੇ ਵਧੀਆ ਟੀਮਾਂ ਹੋਣੇ ਮੈਚ ਕਿਨਾਰੇ ਵੀ ਪਿੰਡੇ ਵਿੱਚੋਂ ਰਚਿਆ ਨਿਕਲੂ ਤੇਲ ਜਵਾਨਾਂ ਨੇ ਅੱਜ ਟੋਰਿਆਂ ਉੱਤੇ ਚੱਲਦੀ ਦੇਖਣੀ ਰੇਲ ਜਵਾਨਾਂ ਨੇ ਅੱਜ ਟੋਰਿਆਂ ਉੱਤੇ ਚੱਲਦੀ ਦੇਖਣੀ।